ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੀ ਗੱਲ ਦੇ ਵਿੱਚ 16 ਮਈ ਅੱਜ ਦੇ ਦਿਨ ਆਰਟੀਫਿਸ਼ੀਅਲ ਲਿਮਸ ਨਾਲ ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਸਨ ਮਾਰਕ ਜੋਸਫ ਇੰਗਲਿਸ਼ ਨਿਊਜ਼ੀਲੈਂਡ ਦੇ ਪਰਬਤ ਆਰੋਹੀ ਰਿਸਰਚਰ ਮੋਟੀਵੇਸ਼ਨਲ ਸਪੀਕਰ ਅਤੇ ਵਾਈਨ ਮੇਕਰ ਮਾਰਕ ਜੋਸਫ ਇੰਗਲਿਸ਼ ਦੋਨੇ ਆਰਟੀਫਿਸ਼ੀਅਲ ਲੱਤਾਂ ਨਾਲ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਸਨ ਉਹਨਾਂ ਨੇ ਇਹ ਕਾਰਨਾਮਾ 16 ਮਈ 2006 ਨੂੰ ਪੂਰਾ ਕੀਤਾ ਸੀ ਮਾਰਕ ਜੋਸਫ ਇੰਗਲਿਸ਼ ਦਾ ਜਨਮ 27 ਸਤੰਬਰ 1959 ਨੂੰ ਨਿਊਜ਼ੀਲੈਂਡ ਦੇ ਗੈਰਲਡਾਈਨ ਵਿਖੇ ਹੋਇਆ ਇੰਗਲਿਸ਼ ਨੇ ਆਪਣਾ ਪਰਬਤ ਆਰੋਹੀ ਦੇ ਵਜੋਂ ਕਰੀਅਰ 1969 ਵਿੱਚ ਮਾਊਂਟ ਕੂਕ ਨੈਸ਼ਨਲ ਪਾਰਕ ਵਿਖੇ ਬਤੌਰ ਖੋਜੀ ਅਤੇ ਬਚਾਵਕਰਤਾ ਮਾਊਂਟੇਨੀਅਰ ਵਜੋਂ ਸ਼ੁਰੂ ਕੀਤਾ 1982 ਵਿੱਚ ਇੰਗਲਿਸ਼ ਅਤੇ ਉਸਦਾ ਪਾਰਟਨਰ ਫਿਲਿਪ ਮਾਊਂਟ ਕੂਕ ਦੇ ਵਿੱਚ ਆਏ ਬਰਫੀਲੇ ਤੂਫਾਨ ਕਾਰਨ 13 ਦਿਨ ਤੱਕ ਫਸੇ ਰਹੇ ਦੋਨੇ ਪਰਬਤ ਆਰੋਹੀਆਂ ਦੀਆਂ ਲੱਤਾਂ ਬੁਰੀ ਤਰ੍ਹਾਂ ਬਰਫ਼ ਕਾਰਨ ਗਲ ਗਈਆਂ ਇੰਗਲਿਸ਼ ਦੇ ਬਚਾਓ ਤੋਂ ਬਾਅਦ ਉਸ ਦੀਆਂ ਲੱਤਾਂ ਨੂੰ ਗੋਡਿਆਂ ਤੋਂ ਨੀਚੇ ਤੱਕ ਕੱਟਣਾ ਪਿਆ ਪਰ ਇੰਗਲਿਸ਼ ਨੇ ਹਿੰਮਤ ਨਾ ਹਾਰੀ ਅਤੇ ਆਪਣੇ ਆਰਟੀਫਿਸ਼ੀਅਲ ਲਿਮਸ ਲਵਾਏ ਆਰਟੀਫਿਸ਼ੀਅਲ ਲਿਮਸ ਲਵਾਉਣ ਤੋਂ ਬਾਅਦ ਇੰਗਲਿਸ਼ 2002 ਵਿੱਚ ਦੁਬਾਰਾ ਸਫਲਤਾਪੂਰਨ ਮਾਊਂਟ ਕੁੱਕ ਦੇ ਉੱਤੇ ਪਹੁੰਚਿਆ ਇਸ ਸਫਲਤਾ ਦੇ ਉੱਪਰ ਇੱਕ ਡਾਕੂਮੈਂਟਰੀ ਫਿਲਮ ਜਿਸਦਾ ਨਾਮ ਨੋ ਮੀਨ ਫਿਟ ਦਾ ਮਾਰਕ ਇੰਗਲਿਸ਼ ਸਟੋਰੀ ਵੀ ਬਣੀ ਹੋਈ ਹੈ 2002 ਵਿੱਚ ਇੰਗਲਿਸ਼ ਵੱਲੋਂ ਇਹ ਛੋਟੀ ਆਰਟੀਫਿਸ਼ੀਅਲ ਲਿਮਸ ਨਾਲ ਸਰ ਕਰਨ ਕਾਰਨ ਬਰਤਾਨੀਆ ਦੀ ਰਾਣੀ ਦੇ ਜਨਮ ਦਿਨ ਵਾਲੇ ਦਿਨ ਉਸਨੂੰ ਆਫਿਸਰ ਆਫ ਨਿਊਜ਼ੀਲੈਂਡ ਆਰਡਰ ਆਫ ਮੈਰਿਟ ਨਿਯੁਕਤ ਕੀਤਾ ਗਿਆ 27 ਸਤੰਬਰ 2004 ਵਿੱਚ ਇੰਗਲਿਸ਼ ਨੇ ਚੋ ਓਈਓ ਨਾਮ ਦੀ ਇੱਕ ਚੋਟੀ ਸਰ ਕੀਤੀ 16 ਮਈ 2006 ਨੂੰ ਇੰਗਲਿਸ਼ ਨੇ 40 ਦਿਨਾਂ ਦੀ ਚੜ੍ਹਾਈ ਕਰਨ ਉਪਰੰਤ ਮਾਊਂਟ ਐਵਰੈਸਟ ਦੀ ਚੋਟੀ ਵੀ ਸਰ ਕਰ ਲਈ ਇਸ ਚੋਟੀ ਨੂੰ ਆਰਟੀਫਿਸ਼ੀਅਲ ਲਿਮਸ ਨਾਲ ਸਰ ਕਰਨ ਵਾਲੇ ਉਹ ਪਹਿਲੇ ਇਨਸਾਨ ਬਣੇ ਇਸ ਚੋਟੀ ਨੂੰ ਸਰ ਕਰਨ ਸਮੇਂ ਚੜ੍ਹਾਈ ਦੌਰਾਨ ਇੰਗਲਿਸ਼ ਦੀ ਇੱਕ ਬਨਾਵਟੀ ਲੱਤ ਦੇ ਵਿੱਚ ਕਾਰਬਨ ਫਾਈਬਰ ਟੁੱਟ ਗਿਆ ਪਰ ਉਸਨੇ ਅਸਥਾਈ ਤੌਰ 'ਤੇ ਇਸ ਲੱਤ ਦੇ ਉੱਤੇ ਟੇਪ ਲਾ ਕੇ ਚੜ੍ਹਾਈ ਪੂਰੀ ਕੀਤੀ ਇੰਗਲਿਸ਼ ਦੇ ਇਸ ਕਾਰਨਾਮੇ ਨੂੰ ਡਿਸਕਵਰੀ ਚੈਨਲ ਵੱਲੋਂ ਐਵਰੈਸਟ ਬਿਓਂਡ ਦ ਲਿਮਿਟ ਦੇ ਸ਼ੋਅ ਹੇਠ ਦਿਖਾਇਆ ਗਿਆ ਇਸ ਤੋਂ ਇਲਾਵਾ ਇੰਗਲਿਸ਼ ਨੇ ਕਈ ਕਿਤਾਬਾਂ ਵੀ ਆਪਣੇ ਇਹਨਾਂ ਤਜ਼ਰਬਿਆਂ ਦੇ ਉੱਤੇ ਲਿਖੀਆਂ ਹਨ ਇਹਨਾਂ ਵਿੱਚੋਂ ਨੋ ਮੀਨ ਫਿਟ ਆਫ ਦੀ ਫਰੰਟ ਫੁੱਟ ਨੋ ਲੈਗੇਜ ਔਨ ਐਵਰੈਸਟ ਆਦਿ ਹਨ ਇੰਗਲਿਸ਼ 2000 ਦੀਆਂ ਸਮਰ ਪੈਰਾ ਓਲੰਪਿਕ ਜੋ ਕਿ ਸਿਡਨੀ ਵਿਖੇ ਹੋਈਆਂ ਸੀ ਉਸ ਦੇ ਵਿੱਚ ਸਾਈਕਲਿੰਗ ਦੇ ਮੁਕਾਬਲਿਆਂ ਦੇ ਸਿਲਵਰ ਮੈਡਲ ਵਿਜੇਤਾ ਵੀ ਹਨ ਆਪਣੀਆਂ ਲੱਤਾਂ ਗਵਾਉਣ ਤੋਂ ਬਾਅਦ ਵੀ ਇੰਗਲਿਸ਼ ਨੇ ਹਾਰ ਨਹੀਂ ਮੰਨੀ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਬਿਨਾਂ ਲੱਤਾਂ ਤੋਂ ਸਰ ਕੀਤੀ ਉਹਨਾਂ ਦੇ ਇਸ ਕਾਰਨਾਮੇ ਨੂੰ ਅਸੀਂ ਸਲਾਮ ਕਰਦੇ ਹਾਂ ਉਹਨਾਂ ਦੇ ਇਸ ਕਾਰਨਾਮੇ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਹਨਤ ਦਾ ਕੋਈ ਤੋੜ ਨਹੀਂ ਹੁੰਦਾ ਅਤੇ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਕੇ ਨਹੀਂ ਬੈਠਣਾ ਚਾਹੀਦਾ ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ